ਹਾਂਜੀ ਬਾਈ ਜੀ ਕੀ ਹਾਲ ਨੇ? ਠੀਕ ਹੈ ਜੀ ਅੰਕਲ ਜੀ, ਸੈੱਟ ਆ ਵਧੀਆ ਸੈੱਟ। ਅੱਛਾ ਮੈਨੂੰ ਐਂ ਦੱਸੋ ਵੀ ਜਿਹੜਾ ਤੁਸੀਂ ਇਹ ਘੜਾ ਬਣਾਉਣਾ ਕਿੱਥੋਂ ਤਿਆਰ ਹੁੰਦੀ ਹੈ? ਪਹਿਲਾਂ ਮਿੱਟੀ ਤੋਂ ਸ਼ੁਰੂ ਕਰੋ ਵੀ ਮਿੱਟੀ ਕਿੱਦਾਂ ਦੀ ਚਾਹੀਦੀ ਹੈ ਇਹਦੇ ਲਈ। ਇਹ ਜੀ ਘੜਾ ਤਿਆਰ ਕਰਨ ਪਹਿਲਾਂ ਜਿਹੜੀ ਬਿਲਕੁਲ ਧਰਤੀ ਵਾਲੀ ਮਿੱਟੀ ਉਹ ਦਿਖਾਓ ਮੈਨੂੰ, ਚੱਕ ਕੇ ਕਿਹੜੀ ਆ? ਵਧੀਆ ਲੈ ਚੱਕ ਕੇ। ਅੱਛਾ ਲਿਆਇਓ ਪਹਿਲਾਂ ਉਹ। ਤੁਹਾਡਾ ਸਹਿਯੋਗ ਹੁੰਦਾ ਜੀ ਬਹੁਤ ਵਿੱਚ? ਠੀਕ ਹੈ ਜੀ, ਪੂਰਾ ਸਾਥ ਹੀ ਹੁੰਦਾ ਜੀ। ਤੁਸੀਂ ਬਣਾ ਲੈਂਦੇ ਜੀ ਘੜਾ? ਹਾਂ ਜੀ। ਆ ਦੇਖੋ ਜੀ, ਠੀਕ ਹੈ ਜੀ। ਅੱਛਾ ਮਿੱਟੀ ਰਹੀ ਅਸੀਂ ਜਾਨੀ ਕਿ ਘੜਾ ਤਿਆਰ ਕਰਦੇ ਆ। ਅੱਛਾ ਪਹਿਲਾਂ ਇਹ ਮਿੱਟੀ ਆ? ਪਹਿਲਾਂ ਇਹ ਮਿੱਟੀ ਆ। ਅੱਛਾ ਉਸ ਤੋਂ ਬਾਅਦ ਇਹਨੂੰ ਕਿੱਥੇ? ਇਸ ਮਿੱਟੀ ਨੂੰ ਜਾਨੀ ਕਿ ਇਦਾਂ ਸੁਕਾ ਕੇ ਫਿਰ ਅਸੀਂ ਇਸ ਦੇ ਵਿੱਚ ਸੁੱਟਦੇ ਆ। ਅੱਛਾ ਜੀ, ਪਹਿਲਾਂ ਇਹਦੇ ਚ ਪਾਣੀ ਚ ਡਬੋ ਦੇਣਾ। ਪਾਣੀ ਚ ਡਬੋਤਾ, ਉਸ ਤੋਂ ਬਾਅਦ ਇਦਾਂ ਅਸੀਂ ਕਰਦੇ ਆ ਜਾਨੀ ਕਿ ਇਦਾਂ ਇਦਾਂ ਦੇ। ਅੱਛਾ ਜਾਲੀ ਨਾ ਪਾਉਣਾ ਦੁਬਾਰਾ ਇੱਧਰ, ਬੱਲੇ ਬੱਲੇ ਬੱਲੇ। ਅੱਛਾ ਅੱਛਾ ਜਾਲੀ ਰੱਖੇ ਇਹਦੇ ਚ। ਅੱਛਾ ਅੱਛਾ ਇੱਦਾਂ ਜਾਲੀ ਦੇ ਵਿੱਚ ਤਿਆਰ ਕਰਕੇ ਫਿਰ ਉਹ ਰੂਪ ਧਾਰਨ ਕਰਦੀ ਆ ਉਸ ਮਿੱਟੀ ਦਾ। ਅੱਛਾ ਫਿਰ ਇਹਨੇ ਪਹਿਲਾਂ ਇਹਦੇ ਚ ਆਉਂਦੀ ਆ, ਫਿਰ ਇਹ ਆ ਦੇਖੋ ਇਦਾਂ ਦੀ ਫਿਰ ਇਹ ਤਿਆਰ ਹੋ ਜਾਂਦੀ ਸ਼ਕਲ। ਅੱਛਾ ਇਸ ਤੋਂ ਬਾਅਦ ਅਸੀਂ ਇਹਨੂੰ ਚੱਕ ਕੇ ਮਿੱਟੀ ਨੂੰ ਐ ਕਰਕੇ ਆ ਬਾਹਰ ਕੱਢਦੇ ਆ। ਹਾਂ ਇਹ ਧੁੱਪ ਨਾਲ ਹਾਰਡ ਹੋ ਜਾਂਦੀ ਆ। ਅੱਛਾ ਜੀ, ਇੱਦਾਂ ਇੱਦਾਂ ਰੱਖ ਦੇਣਾ। ਅੱਛਾ ਜਦੋਂ ਹਾਰਡ ਹੋ ਗਈ ਉਸ ਤੋਂ ਬਾਅਦ ਅਸੀਂ ਇਹਨੂੰ ਆਟੇ ਵਾਂਗੂ ਜਾਨੀ ਕਿ ਗੁੰਨ ਕੇ ਫਿਰ ਗੁੰਨਣਾ ਇਹਨੂੰ ਮਸ਼ੀਨ ਰਾਹੀਂ ਜਾਨੀ ਕਿ ਅਸੀਂ ਬਾਹਰ ਕੱਢਦੇ ਆ। ਅੱਛਾ ਫਿਰ ਗੁੰਨਣਾ ਕਿੱਦਾਂ ਦੱਸਿਓ, ਕਿਹੜੀ ਮਸ਼ੀਨ ਨਾਲ ਕੱਢਦੇ ਹੋ ਬਾਹਰ? ਆ ਦੇਖੋ ਜੀ ਆ ਮੋਟਰ ਆ ਮਸ਼ੀਨ। ਅੱਛਾ ਇਹਦੇ ਨਾਲ ਬਾਹਰ ਕੱਢਣੀ ਆ? ਦਿਖਾ ਦਾ ਚਲਾ ਕੇ ਦਿਖਾਓ। ਲਾਈ ਮੜੀ ਜੀ ਤਾਰ, ਇੱਕ ਮਿੰਟ ਰੁਕ ਜਾ। ਤਾਰ ਦੇਖ ਲਓ, ਹੈ ਦੁਨੀਆ ਘੜਾ ਬਣਿਆ ਹੀ ਦੇਖ ਲੈਂਦੇ ਵੀ ਘੜਾ ਆ, ਪਰ ਮੂੰਹ ਸਰਦੀ ਸੀ ਦੁਨੀਆ ਤਿਆਰ ਵੇਰੇ ਸਾਡੇ ਵਰਗੇ ਜਾਨੇ ਕਿਵੇਂ ਰੂਲੇ ਕਰਦੇ ਆ। 3 ਵਜੇ ਦੇ ਉੱਠੇ ਹੋਏ ਅਸੀਂ। ਅਸੀਂ ਤਕਰੀਬਨ ਜੀ ਹੁਣ ਦੀਵਾਲੀ ਦੇ ਦਿਨਾਂ ਦੇ ਵਿੱਚ 2:30 ਵਜੇ 3 ਵਜੇ ਅਸੀਂ ਰਾਤ ਨੂੰ ਉੱਠ ਕੇ ਸਵੇਰ ਦੇ 10 ਵਜੇ ਤੱਕ ਜਾਨੀ ਕਿ ਨਗ ਤਿਆਰ ਕਰਦੇ। ਉਸ ਤੋਂ ਬਾਅਦ ਜਾਨੀ ਕਿ ਨਗ ਤਿਆਰ ਕਰਨ ਤੋਂ ਬਾਅਦ ਹੋਰ ਮਾੜਾ ਮੋਟਾ ਭਾਂਡਾ ਅਸੀਂ ਤਿਆਰ ਕਰਦੇ। ਅੱਛਾ ਜੀ, ਉਹ ਚੱਕ ਕੇ ਫਿਰ ਇੱਧਰ ਲੈ ਕੇ ਆਉਣਾ? ਉਹ ਚੱਕਿਆ ਫਿਰ ਇੱਧਰ ਲੈ ਕੇ ਆਉਣਾ। ਉਸ ਤੋਂ ਬਾਅਦ ਅਸੀਂ ਇਹਨੂੰ ਅਸੀਂ ਤਿਆਰ ਕਰਕੇ ਇੱਥੇ ਰੱਖ ਲਿਆ। ਵਾਹ ਜੀ ਵਾਹ, ਚਲੋ ਹੁਣ ਇਹਦਾ ਬਣਾਓ ਜੀ, ਕੀ ਬਣਾਉਣੇ ਆ? ਅੱਛਾ ਹੁਣ ਤਾਂ ਮੋਟਰਾਂ ਲੱਗ ਗਈਆਂ, ਪਹਿਲਾਂ ਤਾਂ ਹੱਥ ਨਾਲ ਚਲਾਉਂਦੇ ਹੁੰਦੇ ਸੀ ਤੁਹਾਡੇ ਡੈਡੀ ਹੋਣੀ, ਹੈ ਨਾ? ਉਹੋ ਜਿਹੀਆਂ ਖੁਰਾਕਾਂ ਵੀ ਹੈ ਨਹੀਂ ਗਿਆ ਜਾਨੀ ਕਿ ਸਰੀਰ ਦੇ ਵਿੱਚ, ਪਹਿਲਾਂ ਤਾਂ ਹੱਥ ਨਾਲ ਕਰਦੇ ਹੁੰਦੇ ਸੀ। ਹਾਂ ਪਹਿਲਾਂ ਹੱਥ ਨਾਲ ਕਰਦੇ ਹੁੰਦੇ ਸੀ ਪੱਥਰ ਦੀ। ਇਸ ਮਿੱਟੀ ਤੋਂ ਜਾਨੀ ਕਿ ਤੁਸੀਂ ਕੁਛ ਮਰਜ਼ੀ ਤਿਆਰ ਕਰ ਸਕਦੇ ਹੋ। ਅੱਛਾ ਜੀ, ਵਾਹ ਜੀ ਵਾਹ। ਇਹ ਮੈਂ ਤੁਹਾਨੂੰ ਛੋਟਾ ਗਮਲਾ ਤਿਆਰ ਕਰਕੇ ਦਿਖਾਇਆ ਜੀ। ਠੀਕ ਹੈ ਜੀ, ਵਾਹ ਜੀ ਵਾਹ, ਬੱਲੇ ਕਮਾਲ ਦੀ ਜਾਦੂਗਰੀ ਹੈ ਜੀ ਇਹ, ਹੈ ਦੇਖ ਲਓ। ਇੱਦਾਂ ਹੀ ਮਿੱਟੀ ਨਾਲ ਪਰਮਾਤਮਾ ਨੇ ਵੱਖ ਵੱਖ ਸ਼ਕਲਾਂ ਘੜਤੀਆਂ, ਹੈ।
ਵਾਹ ਜੀ ਵਾਹ। ਅੱਛਾ ਇਸ ਤੋਂ ਬਾਅਦ ਫਿਰ ਕੀ ਹੁੰਦਾ ਜੀ ਇਹਦਾ? ਇਸ ਤੋਂ ਬਾਅਦ ਜੀ ਇਹਨੂੰ ਧੁੱਪੇ ਰੱਖ ਕੇ ਯਾਨੀ ਕਿ ਸੁਕਾ ਕੇ ਚੰਗੀ ਤਰ੍ਹਾਂ। ਚਲੋ ਦਿਖਾਓ ਜੀ ਫਿਰ ਅਗਲੀ ਗਤੀਵਿਧੀ ਕੀ ਹੈ ਤਾਂ ਪੂਰਾ ਹੀ ਪਤਾ ਲੱਗੇ ਨਾ, ਕਿਉਂਕਿ ਜਿਹੜੇ ਨਿਆਣੇ ਆ ਨਾ ਸਿਰਫ ਉਹ ਘੜਾ ਦੇ ਧਾਰਨ ਕਰ ਲੈਂਦਾ ਜੀ। ਇਹਨੇ ਧੁੱਪੇ ਕਿੰਨਾ ਚਿਰ ਰੱਖਣਾ ਇਹਨੂੰ? ਧੁੱਪੇ ਇਹ ਜੀ ਅਸੀਂ 2 ਦਿਨ ਰੱਖਦੇ ਹਾਂ ਜੀ ਇਹਨਾਂ ਨੂੰ। ਅੱਛਾ 2 ਦਿਨ ਪੂਰੀ ਧੁੱਪ 'ਚ? ਹਾਂ ਜੀ ਪੂਰੀ ਧੁੱਪ 'ਚ 2 ਦਿਨ ਰੱਖ ਕੇ ਫਿਰ ਇਹ 3ਜੇ ਦਿਨ ਯਾਨੀ ਕਿ ਅਸੀਂ ਇਹ ਸਾਰੇ ਨਗ ਤਿਆਰ ਹੋ ਕੇ ਹਫਤੇ ਵਿੱਚ ਜਦੋਂ ਸਾਡਾ ਮਾਲ ਇਕੱਠਾ ਹੋ ਜਾਂਦਾ ਹਫਤੇ ਵਿੱਚ ਫਿਰ ਅਸੀਂ ਇਹ ਯਾਨੀ ਕਿ ਭੱਠੀ ਤਿਆਰ ਕਰਦੇ ਹਾਂ, ਫਿਰ ਭੱਠੀ ਤਿਆਰ ਕਰਕੇ ਫਿਰ ਅਸੀਂ ਉਹਦੇ ਵਿੱਚ। ਚਲੋ ਭੱਠੀ ਕੋਲੇ ਦਿਖਾਓ ਜੀ ਫਿਰ ਹੁਣ ਕੀ ਆ। ਅੱਛਾ ਜਿੱਦਾਂ ਹੁਣ ਇਹ ਭੱਠੀ ਆ ਇਹਨੂੰ ਪਹਿਲਾਂ ਪੂਰੀ ਤਰ੍ਹਾਂ ਸਾਫ਼ ਕਰਦੇ ਹੋ? ਥੋੜੇ ਬਹੁਤੇ ਭਾਂਡੇ ਆਪਦੇ ਪੱਕੇ ਲਾ ਕੇ। ਅੱਛਾ ਉਸ ਤੋਂ ਬਾਅਦ ਜਿਹੜਾ ਆਪਣਾ ਕੱਚਾ ਨਗ ਤਿਆਰ ਕੀਤਾ ਵਿਆ ਉਹ ਫਿਰ ਅਸੀਂ ਇਹਦੇ ਵਿੱਚ ਜਾਣੀ ਕੇ ਲਾਉਂਦੇ। ਅੱਛਾ ਫਿਰ ਉਹ ਬੂਰਾ ਵੀ ਪਾਉਂਦੇ ਇਹਦੇ ਉੱਤੇ ਉਹ ਜਿਹੜਾ? ਹਾਂ ਜੀ ਉਹ ਬੂਰਾ ਵਿੱਚ ਥੱਲੇ ਪਾਉਣਾ ਪੈਂਦਾ ਜੀ। ਅੱਛਾ ਜੀ ਥੱਲੇ ਬੂਰਾ ਪਾ ਕੇ ਉੱਤੇ ਪਾਥੀਆਂ ਪਾ ਕੇ ਜੀ ਫਿਰ ਭਾਂਡੇ ਚਿਣਦੇ। ਫਿਰ ਸਭ ਤੋਂ ਉੱਪਰ? ਸਭ ਤੋਂ ਉੱਪਰ ਫਿਰ ਪਾਥੀਆਂ ਪਾਉਂਦੇ, ਫਿਰ ਪਾਥੀਆਂ, ਫਿਰ ਆਵੀ ਮੰਗਾ ਦੇ। ਘੱਟ ਤੋਂ ਘੱਟ ਜੀ ਇੱਕ ਆਵੀ ਦੇ ਵਿੱਚ ਤਕਰੀਬਨ 700-800 ਤੋਂ ਉੱਤੇ ਪਾਥੀ ਲੱਗ ਜਾਂਦੀ। ਤੇ ਭਾਂਡੇ ਕਿੰਨੇ ਲੱਗ ਜਾਂਦੇ ਆ? ਭਾਂਡੇ ਲੱਗ ਜਾਂਦੇ ਜੀ ਉਹ ਆਪਦੇ ਸਿਰ ਤੇ ਛੋਟਾ ਵੱਡਾ ਆਪਦਾ ਪਾਉਣਾ ਯਾਨੀ ਕਿ ਭੱਠੀ ਪਕਾਉਣੀ। ਜੇ ਆਮ ਘੜਾ ਹੋਵੇ ਫਿਰ? ਆਮ ਘੜਾ ਯਾਨੀ ਕਿ ਤਕਰੀਬਨ 200 ਘੜਾ ਪੈ ਜਾਂਦਾ ਜੀ। 200 ਘੜਾ ਐਡੀ ਆਵੀ ਚ ਇੱਕ ਆਵੀ ਦੇ ਵਿੱਚ? ਠੀਕ ਆ। ਫਿਰ ਕਿੰਨੇ ਦਿਨਾਂ ਬਾਅਦ ਕੱਢਦੇ ਉਹਨੂੰ? ਇਹ ਜੀ ਅਸੀਂ 3ਜੇ ਦਿਨ ਆਮ ਕੱਢਦੇ ਹਾਂ ਜੀ। ਸਿਆਲਾਂ ਦੇ ਵਿੱਚ ਤਾਂ ਯਾਨੀ ਕਿ ਤਕਰੀਬਨ ਇਹ 4ਥਾ ਦਿਨ ਵੀ ਲੈ ਜਾਂਦੀ ਹੈ, ਗਰਮੀਆਂ ਦੇ ਵਿੱਚ ਦਿਨ ਵੱਡੇ ਹੋਣ ਕਾਰਨ ਇਹ 3ਜੇ ਦਿਨ ਉੱਤਰੇ ਹੁੰਦੀ ਹੈ। 3ਜੇ ਦਿਨ ਉੱਤੋਂ ਜੀ। ਅਤੇ ਫਿਰ ਕਿਹੜਾ ਨਿਕਲਦਾ ਘੜਾ? ਫਿਰ ਜੀ ਆਹ ਘੜਾ ਨਿਕਲਦਾ ਆਹ ਰੂਪ ਧਾਰਨ ਕਰ। ਉਦੋਂ ਬਾਅਦ ਫਿਰ ਇੱਥੇ ਫੁੱਲ ਬੂਟੇ ਪੈਂਦੇ ਆ? ਨਹੀਂ ਜੀ ਇਹ ਪਹਿਲਾਂ ਹੀ ਤਿਆਰ ਕਰਨੇ ਪੈਂਦੇ ਆ ਕੱਚੇ ਤੇ ਜੀ। ਨਹੀਂ ਜਿਹੜੇ ਬੂਟੇ ਪਾਏ ਆ ਇਹ ਬਾਅਦ ਚ ਪੈਂਦੇ ਆ ਕਿ ਪਹਿਲਾਂ? ਪਹਿਲਾਂ ਹੀ ਪਾਉਣੇ ਪੈਂਦੇ ਆ ਜੀ। ਕੱਚੀ ਕੱਚੇ ਤੇ ਆ ਜਿਹੜੀ ਕੱਚੇ ਦੀ ਕਢਾਈ ਤਿਆਰ ਕਰਨੀ? ਨਹੀਂ ਮੈਂ ਤਾਂ ਕਿਹਾ ਬਾਅਦ ਚ ਪੈਂਦੇ ਕਿਤੇ? ਨਹੀਂ ਜੀ ਇਹ ਫਿਰ ਰੰਗ ਜਣ ਕੇ ਪੱਕ ਜਾਂਦਾ ਵਾ। ਇਹ ਪਹਿਲਾਂ ਕਿੱਦਾਂ ਪਾਉਂਦੇ ਫਿਰ ਇੱਥੇ? ਇਹਦੇ ਤੇ ਜੀ ਕਲਮ ਰਾਹੀ ਹੱਥ ਦੀ ਕਲਾ ਨਾਲ ਜੀ। ਅੱਛਾ ਕੱਲੇ ਕੱਲੇ ਨੂੰ ਪਾਉਣਾ? ਕੱਲੇ ਕੱਲੇ ਨੂੰ ਕੱਚੇ ਤੇ ਪਾ ਦੇਣਾ ਪਹਿਲਾਂ? ਪਾਇਆ ਹੈਗਾ ਕੋਈ? ਦਿਖਾਓ ਆਹ ਦੇਖੋ ਹਜੇ ਆਹ ਗਿੱਲਾ ਵਾ, ਜਦੋਂ ਇਹ ਸੁੱਕ ਗਿਆ ਪੂਰਾ ਰੂਪ ਧਾਰਨ ਕਰ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਤੇ ਕਾਰਾਗਰੀ ਕਰਨੀ। ਅੱਛਾ ਕਾਰਾਗਰੀ ਕਰਨ ਤੋਂ ਬਾਅਦ ਇਹਦੇ ਰੰਗ ਲਾ ਕੇ ਫਿਰ ਜੇ ਡਿਜ਼ਾਈਨ ਪਾ ਕੇ ਫਿਰ ਇਹ ਇੱਥੇ ਤਿਆਰ ਹੁੰਦਾ। ਇਹ ਕਿਸਮਤ ਰਾਹੀ ਆ ਜੀ, ਨਿਕਲ ਹੁਣ ਤਾਂ ਸਾਰੇ ਸਾਫ਼ ਵੀ ਨਿਕਲ ਜਾਂਦੇ, ਨਹੀਂ ਤਾਂ ਹੱਦੋਂ ਵੱਧ ਟੁੱਟ ਵੀ ਤਾਂ ਕਾਲੇ ਵੀ ਨਿਕਲ ਆਉਂਦੇ। ਹਾਂ ਕਾਲੇ ਵੀ ਨਿਕਲ ਜਾਂਦੇ, ਟੁੱਟ ਵੀ ਜਾਂਦੇ ਆ ਜੀ। ਤਕਰੀਬਨ ਜੀ ਆਪਾਂ ਮੰਨ ਲਓ ਜੇ 200 ਨਗ ਪਾਉਂਦੇ ਹਾਂ ਉਹਦੇ ਵਿੱਚੋਂ ਤਕਰੀਬਨ 20-30 ਤਾਂ ਯਾਨੀ ਕਿ ਤਕਰੀਬਨ ਜਾਂਦੇ ਹੀ ਜਾਂਦੇ ਨੇ, ਜਾਂਦੇ ਮਿਹਨਤ ਬੇਸਟ। ਹਾਂ ਮਿਹਨਤ ਬੇਸਟ ਯਾਨੀ ਕਿ ਤਕਰੀਬਨ ਸਾਨੂੰ ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਓਨਾ ਸਾਨੂੰ ਮੁੱਲ ਨਹੀਂ ਮਿਲਦਾ। ਮਿਹਨਤ ਦਾ ਮੁੱਲ ਮਿਲ ਜੇ ਸਭ ਨੂੰ ਇਹ ਮੇਰੀ ਅਰਦਾਸ ਹੈ। ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਕਿਉਂਕਿ ਜਿਹੜਾ ਘੜਾ ਨਾ ਇੱਕ ਇਹ ਕਿਸੇ ਮਤਲਬ ਕੁੜੀ ਨੇ ਚੱਕਿਆ ਹੋਵੇ ਢਾਕ 'ਤੇ ਜਾਂ ਕਿਸੇ ਮੁਟਿਆਰ ਨੇ ਸਿਰ 'ਤੇ ਚੱਕਿਆ ਹੋਵੇ ਜਾਂ ਇਹ 'ਚ ਪਾਣੀ ਹੋਵੇ ਉਦੋਂ ਬਹੁਤ ਸੋਹਣਾ ਲੱਗਦਾ, ਪਰ ਇਹ ਬਣਦਾ ਕਿੱਦਾਂ ਇਹ ਬਹੁਤ ਔਖਾ। ਪਹਿਲਾਂ ਇਹ ਘੜਾ ਧਰਤ ਹੁੰਦਾ ਸੀ ਕਈਆਂ ਦੇ ਨਾਲ ਵੱਢਿਆ, ਇਸਨੂੰ ਮਾਰ ਮਾਰ ਕੇ ਤਨ 'ਤੇ ਡਾਂਗਾ ਸੁਰਮੇ ਜਿਹਾ ਕਰ ਛੱਡਿਆ, ਇਸਨੂੰ ਰੜਕ ਮੜਕ ਨੂੰ ਮਾਰਨ ਦੇ ਲਈ ਹੱਡੀ ਪਾਣੀ ਭਰਿਆ ਲੱਕ ਤਾਈਂ ਆਉਣ ਲਈ, ਸੁਣ ਘੜੇ ਨੇ ਕੀ ਕਰਿਆ ਹੈ ਨਾ। ਸੋ ਇਸ ਕਰਕੇ ਬਹੁਤ ਮਿਹਨਤ ਆ ਵੀਰੇ, ਪਰਮਾਤਮਾ ਖੁਸ਼ ਰੱਖੇ। ਬੱਚੇ ਕਿੰਨੇ ਤੁਹਾਡੇ? ਬੱਚੇ ਮੇਰੇ 3 ਆ ਜੀ, ਇੱਕ ਮਿੰਟਾਂ ਛੋਟਾ ਵਾ, ਗੁੱਡੀਆਂ ਵੱਡੀਆਂ ਜੀ। ਪੜ੍ਹਦੇ ਆ ਨਾ? ਹਾਂ ਜੀ ਸਾਰੇ ਪੜ੍ਹਦੇ ਆ। ਉਹਨਾਂ ਨੂੰ ਤਾਂ ਨਹੀਂ ਇਸ ਕੰਮ 'ਚ ਪਾਉਣਾ ਕਿਸੇ? ਨਹੀਂ ਜੀ ਇਹ ਮੈਂ ਵੀ ਜੀ ਕੰਮ ਤੋਂ ਤਾਂ ਵੈਸੇ ਨਿਕਲਿਆ ਪਿਆ ਜੀ, ਮੈਂ ਜਾਣੀ ਕਿ ਤਕਰੀਬਨ ਆਹ ਦਿਵਾਲੀ ਦਾ ਸੀਜ਼ਨ ਲਾਉਂਦਾ ਹੁੰਦਾ। ਅੱਛਾ ਬਾਕੀ ਪਰਿਵਾਰ ਦਾ ਸਾਥ ਬਹੁਤ ਹੈ? ਬਾਕੀ ਮੇਰੇ ਪਰਿਵਾਰ ਦਾ ਸਾਰਿਆਂ ਨੂੰ ਵੱਡਾ ਯੋਗਦਾਨ ਹੈ ਜੀ ਇਹਦੇ ਵਿੱਚ, ਅਸੀਂ ਤਕਰੀਬਨ ਦੋਨੇ ਜੀ ਜਾਣੀ ਕਿ ਦਿਨ ਰਾਤ ਇੱਕ ਮਿਹਨਤ ਕਰਦੇ ਹਾਂ। ਚਲੋ ਠੀਕ ਹੈ ਜੀ, ਥੈਂਕ ਯੂ। ਆਹ ਦੀਵੇ ਬਣੇ ਪਏ ਆ? ਹੈ ਹਾਂ ਜੀ। ਚੱਕ ਕਿਉਂ ਇੱਕ ਦੀਵਾ? ਆਹ ਤਿਆਰ ਹੋਏ ਪਏ ਆ ਜੀ, ਇਹਨਾਂ 'ਚ ਫਿਰ ਬਰੀਕ ਕਾਰਾਗਰੀ ਲੱਗਦੀ ਹੈ। ਹੈ ਇੱਦਾਂ ਚੱਕਿਓ ਜੀ। ਥੈਂਕ ਯੂ।